26ਵਾਂ ਹਾਕੀ ਟੂਰਨਾਮੈਂਟ ਸਵਰਗੀ ਤੇਜਾ ਸਿੰਘ ਬੋਪਾਰਾਏ ਦੀ ਯਾਦ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬੁਰਜ ਸਾਹਿਬ ਵਿਖੇ ਕਰਵਾਇਆ ਗਿਆ, ਜਿਸ ਦੇ ਚੀਫ ਗੈਸਟ ਡਾਕਟਰ ਕਮਲਜੀਤ ਸਿੰਘ ਕੇਜੇ ਅਤੇ ਮੁਖਵੰਤ ਸਿੰਘ ਨਾਗੀ ਅਤੇ ਡਿਪਟੀ ਡੀਓ ਬਲਬੀਰ ਸਿੰਘ ਰਹੇ। ਡਿਪਟੀ ਡੀਓ ਨੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ। ਡਾਕਟਰ ਕਮਲਜੀਤ ਸਿੰਘ ਕੇਜੇ ਨੇ ਬੱਚਿਆਂ ਨਾਲ ਮੁਲਾਕਾਤ ਦੌਰਾਨ ਆਖਿਆ ਕਿ ਸਾਨੂੰ ਪੜ੍ਹਾਈ ਦੇ ਨਾਲ ਨਾਲ ਹਰ ਬੱਚੇ ਨੂੰ ਗੇਮ ਰੱਖਣੀ ਚਾਹੀਦੀ ਹੈ ਅਤੇ ਉਸਨੂੰ ਦਿਲੋਂ ਖੇਡਣਾ ਚਾਹੀਦਾ ਹੈ ਅਤੇ ਆਪਣੇ ਇਲਾਕੇ ਦਾ ਨਾਂ ਰੋਸ਼ਨ ਕਰਨਾ ਚਾਹੀਦਾ ਹੈ। ਰਣਜੀਤ ਸਿੰਘ ਦੀ ਖਾਸ ਰਿਪੋਰਟ, ਇੰਡੀਆ ਕ੍ਰਾਈਮ ਨਿਊਜ਼। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਚਰਨ ਛੋਹ ਪ੍ਰਾਪਤ ਸਾਡੇ ਬਹੁਤ ਹੀ ਡਾਕਟਰ ਸਾਹਿਬ, ਉਹਨਾਂ ਦੇ ਨਾਲ ਸ਼੍ਰੀ ਪ੍ਰਦੀਪ ਅਰੋੜਾ ਜੀ, ਸਰਦਾਰ ਬਲਬੀਰ ਸਿੰਘ ਗੁਰਦਾਸਪੁਰ, ਜਿਸ ਵਿੱਚ ਪੰਜਾਬ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬੁਰਜ ਸਾਹਿਬ ਧਾਰੀਵਾਲ ਦੀ ਗਰਾਊਂਡ ਵਿੱਚ ਕਰਵਾਇਆ ਜਾਂਦਾ ਹੈ। ਸਾਡੇ ਇਸ ਸਕੂਲ ਦੇ ਡੀਪੀ ਜੋ ਕਿ ਸਰਕਾਰੀ ਨੌਕਰੀ ਵਿੱਚ ਇਹਨਾਂ ਕਰਕੇ ਸਰਦਾਰ ਸੁਰਿੰਦਰ ਸਿੰਘ ਜੀ, ਉਹ ਵੀ ਪਹੁੰਚੇ ਨੇ, ਅਸੀਂ ਉਹਨਾਂ ਨੂੰ ਜੀ ਆਖਦੇ ਹਾਂ। ਸਿੱਖ ਵੈਲਫੇਅਰ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਬੁਰਜ ਸਾਹਿਬ ਸਕੂਲ ਦੇ ਵਿੱਚ, ਬੁਰਜ ਸਾਹਿਬ ਜਿਹੜਾ ਸਾਡਾ ਧਾਰੀਵਾਲ ਏਰੀਏ ਦਾ ਬਹੁਤ ਹੀ ਅਗਵਾਂ ਵਧੂ, ਬਹੁਤ ਹੀ ਅੱਛਾ ਸਕੂਲ ਹੈਗਾ। ਅੱਜ ਮਾਸਟਰ ਹੈੱਡ ਮਾਸਟਰ ਤੇਜਾ ਸਿੰਘ ਯਾਦਗਾਰੀ ਹਾਕੀ ਟੂਰਨਾਮੈਂਟ ਕਰਵਾਇਆ ਜਾ ਰਿਹਾ। ਬਹੁਤ ਵੱਡਾ ਉਪਰਾਲਾ ਹੈਗਾ ਕਿ 26ਵਾਂ ਹਾਕੀ ਟੂਰਨਾਮੈਂਟ ਜਿਹੜਾ ਹੈਗਾ, ਪ੍ਰਿੰਸੀਪਲ ਸਾਹਿਬ ਔਰ ਬਾਕੀ ਟੀਮ ਦੇ ਸਹਿਯੋਗ ਦੇ ਨਾਲ ਔਰ ਮੈਨੇਜਮੈਂਟ ਦੇ ਸਹਿਯੋਗ ਨਾਲ ਇਹ ਕੰਟੀਨਿਊਸਲੀ ਕਰਾਇਆ ਜਾ ਰਿਹਾ, ਜਿੱਥੇ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਖੇਡਾਂ ਦਾ ਬਹੁਤ ਜ਼ਰੂਰੀ ਹੈ। ਸਰੀਰ ਨੂੰ ਤੰਦਰੁਸਤ ਰੱਖਣ ਲਈ, ਦਿਮਾਗ ਨੂੰ ਤੰਦਰੁਸਤ ਰੱਖਣ ਲਈ ਖੇਡਾਂ ਬਹੁਤ ਜ਼ਰੂਰੀ ਨੇ। ਇਹ ਪ੍ਰਿੰਸੀਪਲ ਸਾਹਿਬ ਔਰ ਇਸ ਸਕੂਲ ਦੀ ਬਹੁਤ ਵੱਡੀ ਦੇਣ ਹੈ ਕਿ ਲਗਾਤਾਰ ਹਾਕੀ ਦਾ ਟੂਰਨਾਮੈਂਟ ਕਰਾ ਰਹੇ ਨੇ ਔਰ ਇਸ ਸਕੂਲ ਦੀ ਹਾਕੀ ਦੀ ਟੀਮ ਜਿਹੜੀ ਹੈਗੀ
ਉਹ ਜਿਹੜੀ ਪੰਜਾਬ ਚੈਂਪੀਅਨ ਹੁੰਦੀ ਹੈਗੀ, ਪੰਜਾਬ ਲੈਵਲ 'ਤੇ ਖੇਡਦੀ ਹੈ। ਪਿਛਲੇ ਸਾਲਾਂ ਤੋਂ ਉਹ ਡਿਸਟ੍ਰਿਕਟ ਚੈਂਪੀਅਨ 'ਤੇ ਚੱਲੀ ਆ ਰਹੀ ਹੈਗੀ, ਉਹ ਸਟੇਟ ਚੈਂਪੀਅਨਸ਼ਿਪ ਦੇ ਵਿੱਚ ਵੀ ਭਾਗ ਲੈਂਦੀ ਹੈਗੀ। ਸੋ ਸਾਨੂੰ ਇਸ ਗੱਲ ਦਾ ਬੜਾ ਮਾਣ ਹੈ ਕਿ ਇਸ ਸਕੂਲ ਨੇ ਇਹ ਸਾਡੀ ਹਾਕੀ ਜਿਹੜੀ ਸਿੱਖਾਂ ਦੀ ਜਿਹੜੀ ਪੰਜਾਬ ਦੀ ਜਿਹੜੀ ਮਾਂ ਖੇਡ ਹੈਗੀ ਹਾਕੀ, ਉਹਨੂੰ ਜੀਵਿਤ ਰੱਖਿਆ ਔਰ ਹੁਣ ਤੱਕ ਉਹਨੂੰ ਬਹੁਤ ਅੱਛੇ ਤਰੀਕੇ ਨਾਲ ਪ੍ਰਫੁੱਲਿਤ ਕਰ ਰਿਹਾ। ਮੈਂ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹ ਸਾਡੇ ਇਲਾਕੇ ਦਾ ਨਾਮ ਰੋਸ਼ਨ ਕਰ ਰਹੇ ਨੇ। ਧੰਨਵਾਦ। ਛੱਬੀਵੇਂ ਹੈੱਡਮਾਸਟਰ ਤੇਜਾ ਸਿੰਘ ਬੋਪਾਰਾ ਯਾਦਗਾਰੀ ਟੂਰਨਾਮੈਂਟ ਵਿੱਚ ਡਾਕਟਰ ਕੇ ਜੇ ਸਾਹਿਬ ਦਾ ਬੜੇ ਸ਼ੋਰਟ ਨੋਟਿਸ ਇੱਥੇ ਆਉਣ 'ਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ। ਅਸੀਂ ਇਹ ਜਿਹੜਾ ਟੂਰਨਾਮੈਂਟ ਹੈ ਉਹਨੂੰ ਮੇਨ ਔਰਗਨਾਈਜ਼ ਕਰਨਾ ਜਾਂ ਮੈਮਰੀ ਉਹਨਾਂ ਦੀ ਯਾਦ ਵਿੱਚ ਰੱਖਣਾ ਤਾਂ ਕਿ ਇਲਾਕੇ ਦੇ ਵਿੱਚ ਜਿਹੜਾ ਵਾ ਜਿਸ ਤਰ੍ਹਾਂ ਦਾ ਅੱਜ ਕੱਲ੍ਹ ਨਵਾਂ ਦੌਰ ਜਿਹੜਾ ਨਸ਼ਿਆਂ ਦਾ ਚੱਲ ਰਿਹਾ, ਬੱਚਿਆਂ ਨੂੰ ਉਹਨਾਂ ਤੋਂ ਹਟਾ ਕੇ ਅਤੇ ਸਿੱਧੇ ਰਸਤੇ 'ਤੇ ਲਿਆਉਣਾ ਤਾਂ ਕਿ ਗੇਮ ਦੇ ਵਿੱਚ ਜਿਹੜਾ ਬੱਚਾ ਪੈ ਜਾਂਦਾ ਵਾ ਇਹਨਾਂ ਚੀਜ਼ਾਂ ਤੋਂ ਦੂਰ ਰਹਿੰਦਾ ਵਾ ਔਰ ਇਲਾਕੇ ਦੇ ਵਿੱਚ ਇਹਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਜਿੱਥੋਂ ਅਸੀਂ ਸਕੂਲ ਨੇ ਜਿਹੜਾ ਵਾ ਮੇਨਟੇਨ ਰੱਖਿਆ ਆਪਣੇ ਆਪ ਨੂੰ ਜਿਹੜਾ ਦੁਬਾਰਾ ਜਿਹੜਾ ਵਾ ਆਪਾਂ ਇੰਨਾ ਚਾਹੁੰਦੇ ਹੋਏ ਵੀ ਜਿਹੜੇ ਟੂਰਨਾਮੈਂਟ ਜਿਹੜੇ ਆਪਾਂ ਕਰਵਾ ਰਹੇ ਹਾਂ ਤਾਂ ਕਿ ਜਿਹੜਾ ਵਾ ਜਿਹੜੇ ਇਲਾਕੇ ਦੇ ਬੱਚੇ ਆ ਉਹਨਾਂ ਨੂੰ ਵੱਧ ਤੋਂ ਵੱਧ ਜਿਹੜਾ ਵਾ ਪਲੇਟਫਾਰਮ ਮਿਲ ਸਕੇ, ਜਿਹੜੇ ਬੱਚੇ ਬਾਹਰ ਜਾਂਦੇ ਨੇ ਇੱਧਰ ਉੱਧਰ ਭੱਜਦੇ ਨੇ ਉਹ ਜਾਣ ਨਾ ਉਹ ਸਕੂਲ ਦੇ ਵਿੱਚ ਜਾਂ ਇੱਥੋਂ ਜਿਹੜੇ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਰਹਿ ਕੇ ਨੌਕਰੀਆਂ ਕਰਨ ਅਤੇ ਇੱਥੇ ਜਿਹੜਾ ਵਾ ਰੁਜ਼ਗਾਰ। ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ